ਹਾਂਜੀ ਸਾਰੇ ਗਰੁੱਪ ਨੂੰ ਸਤਿ ਸ਼੍ਰੀ ਅਕਾਲ ਇੱਕ ਫਰੌਡ ਆ ਜੀ ਨਵੀਂ ਕਿਸਮ ਦਾ ਇੱਕ ਫੋਨ ਕਾਲ ਆਉਂਦੀ ਹੈ ਜੀ ਆਪਣੇ ਆਪ ਨੂੰ ਉਹ ਭਾਜਪਾ ਦਫ਼ਤਰ ਚੋਂ ਕਹਿੰਦੇ ਨੇ ਵੀ ਅਸੀਂ ਭਾਜਪਾ ਦਫ਼ਤਰ ਦਿੱਲੀ ਚੋਂ ਬੋਲ ਰਹੇ ਹਾਂ ਉਹ ਕਹਿੰਦੇ ਨੇ ਜੀ ਤੁਹਾਨੂੰ ਵੀ ਤੁਹਾਡਾ ਮੋਦੀ ਵਾਲਾ 2000 ਰੁਪਏ ਰੁਕਿਆ ਹੋਇਆ ਹੈਗਾ ਵੈਸੇ ਫਿਲਹਾਲ ਕਾਲ ਵੀ ਉਹਨਾਂ ਨੂੰ ਹੀ ਕਰਦੇ ਨੇ ਜਿਨ੍ਹਾਂ ਦਾ 2000 ਰੁਪਏ ਰੁਕਿਆ ਹੋਇਆ ਹੈਗਾ ਉਹ ਕਹਿੰਦੇ ਨੇ ਵੀ ਤੁਹਾਡਾ ਤੁਹਾਡਾ ਨਾਮ ਲੈ ਕੇ ਹੀ ਬੋਲਣਗੇ ਉਹ ਦੇਮਨ ਮੰਨ ਲਓ ਮੇਰਾ ਨਾਮ ਗੁਰਦੀਪ ਆਗਾ ਤਾਂ ਉਹ ਕਹਣਗੇ ਗੁਰਦੀਪ ਤੁਹਾਡਾ 2000 ਰੁਪਏ ਰੁਕਿਆ ਹੋਇਆ ਹੈਗਾ ਤੁਹਾਡੀ ਕੇवाईसी ਪੈਂਡਿੰਗ ਹੈ ਜਾਂ ਤੁਹਾਡੀ ਲੈਂਡ ਸੀਟਿੰਗ ਪੈਂਡਿੰਗ ਹੈਗੀ ਵੀ ਅਸੀਂ ਇਸ ਨੂੰ ਚਾਲੂ ਕਰਨ ਲੱਗੇਗੇ ਸਾਨੂੰ ਇੱਕ ਓਟੀਪੀ ਦੇ ਦਿਓ ਉਹ ਆਪਾਂ ਨੂੰ ਓਟੀਪੀ ਭੇਜਣਗੇ ਜੀ ਬੈਂਕ ਦਾ ਮਤਲਬ ਕਿ ਆਪਣੇ ਪੈਸੇ ਕੱਟੇ ਜਾਣਗੇ ਜਿਵੇਂ ਆਪਾਂ ਕਿਤੇ ਸ਼ਾਪਿੰਗ ਕਰਦੇ ਹੁੰਦੇ ਹਾਂਗੇ ਮੰਨ ਲਓ ਫਲਿੱਪਕਾਰਟ ਤੋਂ ਸ਼ਾਪਿੰਗ ਕਰਦੇ ਹਾਂ ਉੱਥੇ ਆਪਾਂ ਨੇ 25000 ਦੀ ਸ਼ਾਪਿੰਗ ਕੀਤੀ ਤਾਂ ਆਪਾਂ ਨੇ ਐਡਿਟ ਕਰਦੀ ਆ ਨੈਟ ਬੈਂਕਿੰਗ ਨਾਲ ਪੇਮੈਂਟ ਕਟਾਵਾਗੇ ਤਾਂ ਆਪ ਨੂੰ ਓਟੀਪੀ ਆਊਗਾ ਉਹਦਾ ਉਹ ਇਦਾਂ ਓਟੀਪੀ ਭੇਜਦੇ ਨੇ ਤੇ ਉਹਨਾਂ ਨੇ ਮੈਨੂੰ ਓਟੀਪੀ ਭੇਜਿਆ ਜੀ ਮੈਨੂੰ ਕਾਲ ਆਈ ਸੀ ਇਹ ਮੈਨੂੰ ਓਟੀਪੀ ਭੇਜਿਆ ਤੇ ਉਹ ਮੈਂ ਓਟੀਪੀ ਪੜਿਆ ਜਦੋਂ ਉਹ ਮੇਰੀ ਬੈਂਕ ਦਾ ਓਟੀਪੀ ਵੀ ਜੇ ਮੈਂ ਓਟੀਪੀ ਉਹਨਾਂ ਨੂੰ ਦੱਸ ਦੂੰ ਤਾਂ ਸਹੀ ਤਾਂ ਉਹ ਮੇਰੇ ਪੈਸੇ ਕੱਟ ਜਾਣਗੇ ਮੇਰੇ ਅਕਾਊਂਟ ਤੋਂ ਵੀ ਤੁਸੀਂ ਵੀ ਬਚ ਕੇ ਰਹੋ ਜੀ ਇਦਾਂ ਦੇ ਫਰੌਡਾਂ ਤੋਂ ਜੇ ਤੁਹਾਨੂੰ ਕੋਈ ਕਾਲ ਆਵੇ ਕਿਸੇ ਨੂੰ ਵੀ ਓਟੀਪੀ ਨਾ ਦਿਓ ਆਪਣਾ ਉਹਨਾਂ ਨੂੰ ਇਹ ਕਹ ਦੇ ਵੀ ਅਸੀਂ ਖੇਤੀਬਾੜੀ ਦਫ਼ਤਰ ਜਾ ਕੇ ਖੁਦ ਕਰਵਾ ਲਾਂਗੇ ਬਾਈ ਵੀ ਸਾਨੂੰ ਲੋੜ ਨਹੀਂ ਹੈਗੀ ਤੁਹਾਡੀ KYC ਦੀ ਖੁਦ ਕਰਵਾ ਲਾਂਗੇ ਕਿਸੇ ਦੁਕਾਨ ਤੋਂ ਕਰਾ ਲਓ ਕਿਸੇ ਤੁਸੀਂ ਖੇਤੀਬਾੜੀ ਦਫ਼ਤਰ ਜਾ ਕੇ ਵੀ ਕਰਵਾ ਸਕਦੇ ਹੋਗੇ ਪਰ ਫੋਨ ਕਾਲ ਤੇ ਕਿਸੇ ਅਣਜਾਣ ਵਿਅਕਤੀ ਨੂੰ ਕਦੇ ਵੀ OTP ਨਾ ਦਿਓ ਤੇ ਇਹ ਨਵਾਂ ਫਰਾਡ ਇਹਨਾਂ ਨੇ ਲੱਭ ਲਿਆ ਜੀ ਹੁਣ ਕਿਉਂਕਿ ਵੋਟਾਂ ਵੀ ਨਜ਼ਦੀਕ ਨੇ ਤੇ ਉਹ ਅਸਲੀ ਕਾਲ ਵੀ ਆਉਂਦੀ ਆ ਉਹਨਾਂ ਦੀ ਭਾਜਪਾ ਵਾਲਿਆਂ ਦੀ ਅਸਲੀ ਕਾਲ ਵੀ ਆਉਂਦੀ ਹੈ ਪਰ ਉਹ OTP ਨਹੀਂ ਮੰਗਦੇ ਹੈਗੇ ਤੇ ਇਹ ਫਰਾਡ ਆਪਣੇ ਆਪ ਨੂੰ ਥੋੜਾ ਜਿਹਾ ਸਮਾਰਟ ਸਮਝਦੇ ਨੇ ਇਹ ਓਟੀਪੀ ਲੈਂਦੇ ਨੇ ਇਹੀ ਚੀਜ਼ ਨੂੰ ਯੂਜ਼ ਕਰਕੇ ਵੀ ਹੁਣ ਉਹ ਕਾਲ ਕਰਦੇ ਨੇ ਭਾਜਪਾ ਵਾਲੇ ਵੀ ਆਪਾਂ ਉਸੇ ਚੀਜ਼ ਨੂੰ ਯੂਜ਼ ਕਰਕੇ ਇਦਾਂ ਲੋਕਾਂ ਨਾਲ ਵੀ ਲੁੱਟ ਕਰ ਲਈਏ ਤੇ ਥੋੜਾ ਜਿਹਾ ਸੋਚ ਸਮਝ ਕੇ ਓਟੀਪੀ ਪੜ ਕੇ ਓਟੀਪੀ ਦੇਆ ਕਰੋ ਬਸ ਤਾਂ ਕਿਸੇ ਅਣਜਾਣ ਵਿਅਕਤੀ ਨੂੰ ਕਦੇ ਵੀ ਓਟੀਪੀ ਨਾ ਦਿਓ ਨਾਹੀਂ ਤੁਹਾਡਾ ਕ੍ਰੈਡਿਟ ਕਾਰਡ ਬੰਦ ਹੋਵੇ ਨਾਹੀਂ ਤੁਹਾਡਾ ਡੈਬਿਟ ਕਾਰਡ ਬੰਦ ਹੋਵੇ ਨਾਹੀਂ ਤੁਹਾਡਾ ਕਦੇ ਵੀ ਅਕਾਊਂਟ ਬੰਦ ਹੋਵੇ ਜੇ ਕਦੇ ਵੀ ਇਦਾਂ ਦਾ ਕੁਝ ਹੋਇਆ ਵੀ ਬੰਦ ਹੋ ਗਿਆ ਤਾਂ ਉਹ ਤੁਹਾਨੂੰ ਬੈਂਕ ਕੋਲ ਲਾਓ ਮੁਲਾਜ਼ਮਾਂ ਨੇ ਜਿਹੜੇ ਨਾ ਬੈਂਕ 'ਚੋ ਕਾਲ ਕਰਨਗੇ ਬੈਂਕ 'ਚ ਬੁਲਾਉਣਗੇ ਤੇ ਉਹ ਟੈਂਪਰੇਰੀ ਬੰਦ ਹੁੰਦਾਗਾ ਦੁਬਾਰਾ ਆਪਣੇ ਅਕਾਊਂਟ ਪ੍ਰੂਫ ਦੇ ਕੇ ਨਾ ਚਾਲੂ ਹੋ ਜਾਂਦਾਗਾ ਇਹਨੂੰ ਅੱਗੇ ਤੇ ਅੱਗੇ ਸ਼ੇਅਰ ਕਰੋ ਜੀ ਸਭ ਨੂੰ ਦੱਸੋ ਧੰਨਵਾਦ